ਇੱਥੇ ਹੈ ਇੱਥੇ ਜਿਵੇਂ ਹੁਣ ਆਪਾਂ ਕਹੀਏ ਆਪਾਂ ਹੜ ਆਪਾਂ ਨੂੰ ਯਾਨੀ ਇੱਥੇ ਤਾਂ ਹਰ ਆਲੀ ਵਾਰੀ ਆਣਾ ਹੀ ਆਣਾ ਆਣਾ ਹੀ ਆਣਾ ਯਾਨੀ ਜੇ ਕਿਤੇ ਇੱਕ ਸਾਲ ਬਰਸਾਤ ਨਹੀਂ ਅਗਲੇ ਸਾਲ ਆਏ ਨਾ ਮੇਰਾ ਤਰੀਕਾ ਕਿ ਇੱਥੋਂ ਤਾਂ ਨਿਕਲਣਾ ਹੀ ਪੈਣਾ ਨਿਕਲਣਾ ਨਾਲ ਇੱਥੇ ਵੀ ਆਪਾਂ ਨੂੰ ਕੱਚੇ ਘਰ ਹੀ ਹੈ ਤਾਂ ਕਰਾਂਗੇ ਜੀ ਹਾਂ ਇਹ ਜ਼ਰੂਰ ਹੱਲ ਕਰੇ ਤੁਹਾਡਾ ਬਹੁਤ ਧੰਨਵਾਦ ਨਹੀਂ ਨਹੀਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਰਾਂਗੇ ਹਾਂ ਜ਼ਰੂਰ ਸਾਨੂੰ ਅਸੀਂ ਦੱਸ ਕੇ ਦੱਸ ਕਰਾਈ ਵੀ ਦਿੱਤਾ ਤਾਂ ਜੇ ਅਗਰ ਉਹ ਨਾ ਹੁੰਦਾ ਤਾਂ ਅੱਜ ਕੋਈ ਠੀਕ ਹੈ ਜ਼ਮੀਨਾਂ ਦਾ ਨੁਕਸਾਨ ਸਿਰ ਪਰ ਘਰ ਬਾਰ ਨਹੀਂ ਜਾਣੇ ਸੀ ਘਰ ਹੁਣ ਵੀ ਬਸ ਹੁਣ ਵੈਸੇ ਦੱਸ ਦੂੰਗਾ ਘਰ ਟੇ ਗਏ ਸੁਣੋ ਮੈਂ ਵੈਸੇ ਦੱਸ ਦੂੰਗਾ ਹੁਣ ਪਾਣੀ ਹੋਰ ਨਹੀਂ ਵੱਧਦਾ ਜਿੰਨਾ ਆਣਾ ਸੀ 3 ਵਜੇ ਤੱਕ ਆ ਲਿਆ ਠੀਕ ਪਰ ਇਹ ਪਾਣੀ ਕਿੰਨੇ ਦਿਨ ਰਹਿਣਾ ਲੁੱਤੇ ਬਰਸਾਤ ਪਈ ਬਹੁਤ ਹੈ ਛੱਡਣਾ ਵੀ ਬਹੁਤ ਜਿੰਨੇ ਦਿਨ ਰੋਕ ਸਕਦੇ ਸੀ ਆਪਾਂ ਰੋਕਿਆ ਜੀ ਤੇ ਇੱਕ ਅੱਧੇ ਦਿਨ ਦੀ ਗੱਲ ਹੈ ਠੀਕ ਹੈ ਸਾਡਾ ਸਮਾਨ ਵੀ ਨਾ ਹੱਥ ਆਇਆ ਸਾਡਾ ਸਾਰਾ ਕੁਝ ਉੱਥੇ ਹੀ ਆ ਕੋਈ ਗੱਲ ਨਹੀਂ ਪਾਣੀ ਕਿਦਾਂ ਆ ਗਿਆ ਜੀ ਜਾਵਣੀ ਜਾਨ ਨਾਲ ਲੈ ਗਾ ਸਾਨੂੰ ਪਿੰਡ ਦੇ ਨਾ ਵਿਚਾਰੇ ਬੈਂਸਰ ਕਿਹੜੇ ਕਿਹੜੇ ਪਿੰਡਾਂ 'ਚ ਹਾਲਾਤ ਇਸ ਤਰ੍ਹਾਂ ਦੇ ਐ ਸੀ ਜਿੰਨੇ ਵੀ ਜੀ ਦਰਿਆ ਵਾਲੇ ਪਿੰਡ ਹੈ ਸਾਰੇ ਬੇਲੇ ਹੋ ਗਏ ਜਿੰਦਵੜੀ ਹੋ ਗਏ ਪਲਾਸੀ ਹੋ ਗਿਆ ਬੇਲਾ ਧਿਆਨੀ ਹੋ ਗਿਆ ਹਰੀਆਲ ਹੋ ਗਿਆ ਨਿਕੂਵਾਲ ਹੋ ਗਿਆ ਜਿਹੜੇ ਦਰਿਆ ਦੇ ਉਹਨਾਂ ਪਿੰਡਾਂ ਦੇ ਵਿੱਚ ਭਲਾਣ ਭਨਾਵ ਉਹਨਾਂ ਪਿੰਡਾਂ ਦੇ ਵਿੱਚ ਵੀ ਸਾਰੇ ਪਾਸੇ ਮੈਂ ਪਹਿਲੀ ਗੱਲ ਆਪ ਤੁਸੀਂ ਸਾਰੇ ਇਸ ਵਕਤ ਮੀਡੀਆ ਦੇ ਸਾਥੀ ਪਹਿਲੀ ਗੱਲ ਪੂਰੇ ਹਲਕੇ ਨੂੰ ਵੀ ਬੇਨਤੀ ਹੈ ਕਿ ਕਿਸੇ ਵੀ ਅਫਵਾਹ 'ਤੇ ਯਕੀਨ ਨਾ ਕਰੋ ਇਸ ਵਕਤ ਬਹੁਤ ਵੱਖ ਵੱਖ ਕਿਸਮ ਦੀਆਂ ਅਫਵਾਹਾਂ ਹੈ ਸਿਰਫ ਜਿੱਥੇ ਜਿੱਥੇ ਦਰਿਆ ਦੇ ਵਿੱਚ ਮਕਾਨ ਹੈ ਉੱਥੇ ਉੱਥੇ ਅਜੇ ਨੁਕਸਾਨ ਹੋਇਆ ਅਤੇ ਹੋਰ ਪਾਣੀ ਨਹੀਂ ਛੱਡਿਆ ਜਾਊਗਾ ਯਾਨੀ ਇਸ ਤੋਂ ਵੱਧ ਲੈਵਲ ਨਹੀਂ ਵੱਧਦਾ ਇਸਨੀ ਹੀ ਇੰਨਾ ਹੀ ਰਿਲੀਜ਼ ਆ ਅਗਲੇ ਇੱਕ ਦਿਨ ਲਈ ਅਤੇ ਇਸ ਕਰਕੇ ਕਿਸੇ ਵੀ ਅਫਵਾਹ 'ਤੇ ਕਿਸੇ ਵੀ ਇੱਦਾਂ ਦੀ ਗੱਲ 'ਤੇ ਯਕੀਨ ਨਾ ਕਰੋ ਇਹਨਾਂ ਸਾਰੇ ਪਿੰਡਾਂ ਦੇ ਵਿੱਚ ਵੀ ਅਵੈਕੂਏਸ਼ਨ ਦੀ ਲੱਗੀ ਹੋਈ ਹੈ ਪ੍ਰਸ਼ਾਸਨ NDRF ਆ ਚੁੱਕਿਆ ਜ਼ਿਲ੍ਹਾ ਪ੍ਰਸ਼ਾਸਨ ਲੱਗਿਆ ਅਸੀਂ ਖੁਦ ਲੱਗੇ ਹੋਏ ਹਾਂ ਲੋਕਲ ਨੌਜਵਾਨ ਸਾਰੇ ਸਾਥੀ ਸਾਰੇ ਸੂਝਵਾਨ ਲੋਕ ਲੱਗੇ ਹੋਏ ਨੇ ਨਾਲ ਅਤੇ ਸਾਰੇ ਆਈਡੈਂਟੀਫਾਈ ਕਰ ਲਏ ਸਾਰਿਆਂ ਨੂੰ ਸੁਰੱਖਿਅਤ ਥਾਵਾਂ 'ਤੇ ਸ਼ਿਫਟ ਕਰਾ ਰਹੇ ਹਾਂ ਤਾਂ ਕਿ ਕੋਈ ਵੀ ਜਾਨੀ ਵਾਲੀ ਨੁਕਸਾਨ ਨਾ ਹੋਵੇ ਬੇਲਾ ਧਿਆਨੀ 'ਚ ਕੁਛ ਲੋਕ ਫਸੇ ਹੋਏ ਨੇ ਉਹਨਾਂ ਦੇ ਜੇਕਰ ਲੋੜ ਪਈ ਏਅਰ ਲਿਫਟਿੰਗ ਵੀ ਕਰਾਵਾਂਗੇ ਆਰਮੀ ਨਾਲ ਗੱਲ ਚੱਲਦੀ ਹੈ ਇਸ ਕਰਕੇ ਕੋਈ ਘਬਰਾਉਣ ਦੀ ਲੋੜ ਨਹੀਂ ਅਤੇ ਇਹ ਔਖਾ ਸਮਾਂ ਬੀਤ ਜਾਊਗਾ ਸਾਰੇ ਇੱਕ ਦੂਜੇ ਸਾਥ ਦੇਖ ਕੇ ਬੈਂ ਸਾਹਿਬ ਲੈਵਲ ਭਾਕੜੇ ਦਾ ਨੀਅਰ ਅਬਾਊਟ 1680 ਹੋ ਗਿਆ ਜਿਹਨੂੰ ਰੈੱਡ ਲਾਈਨ ਰੈੱਡ ਅਲਰਟ ਵੀ ਆਪਾਂ ਕਹਿ ਸਕਦੇ ਹਾਂ ਜੀ ਇਨ ਫਲੋ ਕਾਫੀ ਹੈ ਜੀ ਫਿਰ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਜੀ ਅੱਗੇ ਪਾਣੀ ਨਹੀਂ ਛੱਡਿਆ ਜਾ ਸਕਦਾ ਜੀ ਮੈਂ ਜੋ ਤੁਹਾਨੂੰ ਦੱਸੋ ਜੀ ਮੈਂ ਪਰਮਾਤਮਾ ਤਾਂ ਹੈ ਨਹੀਂ ਪਰ ਮੈਂ ਆਸ਼ਾਵਾਦੀ ਇਨਸਾਨ ਹੈ ਠੀਕ ਹੈ ਬਹੁਤ ਸਾਰੇ ਤੁਸੀਂ ਤੁਹਾਡਾ ਸਵਾਲ 'ਚੋਂ ਹੀ ਪਹਿਲੀ ਗੱਲ 1680 ਨਹੀਂ ਹੋਈ 1679 ਹੋਇਆ ਸੀ ਲੇਕਿਨ ਤੁਸੀਂ ਤਾਂ ਚਾਹੁੰਦੇ ਹੋ ਬਹੁਤ ਸਾਰੇ ਲੋਕ ਇੱਦਾਂ ਦੇ ਵੀ ਸਵੇਰੇ 11 ਵਜੇ ਪਾਣੀ ਆ ਨਹੀਂ ਪਹਿਲਾਂ ਆ ਕੇ ਪੁੱਛਣ ਲੱਗੇ ਜੀ ਹੈ ਕਿੱਥੇ ਤਾਂ ਜਿਹੜਾ ਹੈ ਤੁਸੀਂ ਮੈਂ ਆਸ਼ਾਵਾਦੀ ਇਨਸਾਨ ਹੈ ਇਹੀ ਅਰਦਾਸ ਹੈ ਗੁਰੂ ਸਾਹਿਬ ਮਹਾਮਹੀ ਅੱਗੇ ਕਿ ਹੋਰ ਬਰਸਾਤ ਉੱਤੇ ਨਾ ਹੋਵੇ ਅਤੇ ਅੱਗੇ ਅਸੀਂ ਜੋ ਮੇਰੀ ਭਾਖੜਾ ਮੈਨੇਜਮੈਂਟ ਨਾਲ ਗੱਲ ਹੋਈ ਹੈ ਉਹ ਹੋਰ ਅਸੀਂ ਪਾਣੀ ਦਾ ਜਿਹੜਾ ਇਸ ਤੋਂ ਵੱਧ ਰਿਲੀਜ਼ 1 ਲੱਖ ਕਿਊਸਿਕ ਤੋਂ ਵੱਧ ਨਹੀਂ ਹੋਊਗਾ 1 ਲੱਖ ਦੇ ਵਿੱਚੋਂ ਵੀ 23,000 ਨਹਿਰਾਂ 'ਚ ਜਾ ਰਿਹਾ ਤਾਂ ਉਨਾ ਪਾਣੀ ਜਿੰਨਾ ਪੁੱਜਣਾ ਸੀ 3 ਵਜੇ ਤੱਕ ਪਹੁੰਚਣਾ ਸੀ ਪਹੁੰਚ ਗਏ ਇਸ ਤੋਂ ਜਿਹੜਾ ਪਾਣੀ ਦਾ ਲੈਵਲ ਉੱਚਾ ਨਹੀਂ ਹੁੰਦਾ ਜੋ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਜਾਂ BBMB ਆ ਜੋ ਪੰਜਾਬ ਸਰਕਾਰ ਦੇ ਜਲ ਸਰੋਤ ਦੇ ਅਧਿਕਾਰੀ ਆ ਉਹਨਾਂ ਨਾਲ ਲਗਾਤਾਰ ਟਾਈ ਰਹਿੰਦੇ ਹਾਂ ਪਲੱਸ ਜਿੰਨੇ ਵੀ ਡੇਂਜਰ ਜ਼ੋਨਸ ਨੇ ਉਹ ਆਈਡੈਂਟੀਫਾਈ ਕਰਕੇ ਉਹਨਾਂ ਦੀ ਲਿਸਟਾਂ ਬਣਾ ਦਿੱਤੀਆਂ ਗਈਆਂ ਨੇ ਉੱਥੇ ਅਸੀਂ ਆਪ ਮੋਨੀਟਰ ਕਰਾਂਗੇ ਫਲੱਡ ਗੇਟ ਕਦੋਂ ਤੱਕ ਖੁੱਲ੍ਹੇ ਰਹਿਣਗੇ ਸਰ ਵੀਰੇ ਮੈਂ ਦੱਸ ਸਕਦਾ ਦੱਸੋ ਜੀ ਮੈਂ ਪਰਮਾਤਮਾ ਤੁਸੀਂ ਮੇਰੀ ਅਸੀਂ ਦੇਖੋ ਮੇਰੀ ਗੱਲ ਸੁਣੋ ਰਕੇਸ਼ ਦੇਖੋ ਅਸੀਂ ਇੱਥੇ ਪਹੁੰਚੇ ਹੋਏ ਹਾਂ ਵੀਰੇ ਇਹ ਸਾਡੇ ਹੱਥ ਨਹੀਂ ਕੁਦਰਤ ਤੋਂ ਬਲਵਾਨ ਕੋਈ ਨਹੀਂ ਹੈਗਾ ਹੈ ਨਾ ਤੁਸੀਂ ਸਮਝੋ ਗੱਲ ਫਲੱਡ ਜਦੋਂ ਤੱਕ ਜਿੱਦਾਂ ਹੀ ਉਹ 1.5 ਫੁੱਟ ਪਾਣੀ ਆਉਂਦਾ ਉਹਦਾ ਰਿਲੀਜ਼ ਘਟਾ ਦਿੱਤਾ ਜਾਊਗਾ ਅਤੇ ਕੰਪਨਸੇਸ਼ਨ ਸਰ ਕੀ ਹੋਏਗੀ ਹੁਣ ਇਹਨਾਂ ਜਿਹੜੇ ਇਹਦੇ ਵਿੱਚ ਕਰਾਂਗੇ ਮਦਦ ਇਹ ਸਭ ਮੇਰਾ ਆਪਣਾ ਪਰਿਵਾਰ ਹੈ ਅਤੇ ਜੋ ਵੀ ਮਦਦ ਇਹਨਾਂ ਦੀ ਕਰਾਂਗੇ ਵੱਧ ਤੋਂ ਵੱਧ ਲੰਬੇ ਸਮੇਂ ਤੋਂ ਸਾਰੇ ਦੇਖੋ ਸਰਕਾਰਾਂ ਮੈਂ ਆਪ ਜੀ ਨੂੰ ਵੀ ਬੇਨਤੀ ਹੈ ਦੇਖੋ ਆਪ ਜੀ ਨੂੰ ਵੀ ਬੇਨਤੀ ਹੈ ਇਸ ਵਕਤ ਆਪ ਸਭ ਵੀ ਤੁਹਾਡੇ ਸਭ ਦੇ ਸਾਥ ਦੀ ਲੋੜ ਹੈ ਤੁਸੀਂ ਵੀ ਕਵਰ ਕਰੋ ਤਾਂ ਕਿ ਲੋਕਾਂ ਨੂੰ ਗਲਤ ਜਾਣਕਾਰੀ ਤੋਂ ਬਚਾਇਆ ਜਾ ਸਕੇ ਅਤੇ ਦੂਜਾ ਪ੍ਰਸ਼ਾਸਨ ਵੀ ਪਤਾ ਲੱਗੇ ਕਿ ਕਿੱਥੇ ਕੀ ਹੈ ਇਸ ਕਰਕੇ ਆਪ ਮੀਡੀਆ ਦਾ ਵੀ ਇਸ ਵਕਤ ਪੋਜ਼ੀਟਿਵ ਰੋਲ ਦੀ ਬਹੁਤ ਜ਼ਿਆਦਾ ਲੋੜ ਹੈ ਤਾਂ ਕਿ ਆਪਾਂ ਜਿਹੜੀ ਔਖੀ ਘੜੀ ਹੈ ਇਸ ਦਾ ਆਪਾਂ ਸਾਰੇ ਰਲ ਮਿਲ ਕੇ ਸਾਹਮਣਾ ਕਰ ਸਕਦੇ ਸਰ ਕੇਂਦਰ ਨਾਲ ਗੱਲਬਾਤ ਕਰਕੇ ਕੋਈ ਚੈਲੇਂਜ ਦਾ ਪ੍ਰਪੋਜ਼ਲ ਵੀ ਬਣਾਇਆ ਜਾ ਸਕਦਾ ਆਉਣ ਵਾਲੇ ਸਮੇਂ ਸਭ ਕਰਾਂਗੇ ਮੇਰੇ ਬਾਅਦ ਚੋਂ ਕਰਾਂਗੇ ਪਹਿਲਾਂ ਹੁਣ ਹਾਲ ਦੀ ਘੜੀ ਦੇਖ ਲਈ